ਹੁਸ਼ਿਆਰਪੁਰ ਦੇ ਪਿੰਡ ਖਿਜਰਪੁਰ ਵਿਖੇ ਤੂੜੀ ਦੀਆਂ ਗੱਠਾਂ ਨਾਲ ਭਰੀ ਇੱਕ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ। ਟਰਾਲੀ ਓਵਰਲੋਡ ਹੋਣ ਕਾਰਨ ਸੜਕ ਕਿਨਾਰੇ ਲੱਗੇ ਟਰਾਂਸਫਾਰਮ ਨਾਲ ਖਹਿ ਗਈ, ਜਿਸ ਕਾਰਨ ਸ਼ਾਰਟ ਸਰਕਟ ਹੋ ਗਿਆ। ਰਾਹਗੀਰਾਂ ਨੇ ਟਰੈਕਟਰ ਚਾਲਕ ਨੂੰ ਬਹੁਤ ਮੁਸ਼ਕਿਲ ਨਾਲ ਬਾਹਰ ਕੱਢ ਕੇ ਉਸਦੀ ਜਾਨ ਬਚਾਈ। ਰਾਹਗੀਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਓਵਰਲੋਡ ਵਾਹਨਾਂ 'ਤੇ ਨਕੇਲ ਕੱਸੀ ਜਾਵੇ ਤਾਂ ਕਿ ਇਸ ਤਰ੍ਹਾਂ ਦੇ ਹਾਦਸੇ ਨਾ ਹੋ ਸਕਣ। ਤਲਵਾੜਾ ਤੋਂ ਪ੍ਰਵੀਨ ਸੋਹਲ ਦੀ ਰਿਪੋਰਟ। ਭਾਜੀ ਹਾਦਸਾ ਉਹ ਟਰਾਂਸਫਾਰਮ ਦੇ ਲਾਗੇ ਸ਼ਾਰਟ ਸਰਕਟ ਨਾਲ ਹੋਇਆ ਜੀ। ਸਾਡੇ ਰੋਲਾ ਪਾਉਂਦਿਆਂ ਪਾਉਂਦਿਆਂ ਟਰਾਲੀ ਇੱਥੋਂ ਤੱਕ ਆਈ ਅਤੇ ਫਾਇਰ ਹੋ ਗਿਆ ਜੀ। ਅਤੇ ਫਾਇਰ ਬ੍ਰਿਗੇਡ ਨੂੰ ਅਸੀਂ ਫੋਨ ਕੀਤਾ ਅਤੇ ਉਹ ਅੱਧੇ ਘੰਟੇ ਬਾਅਦ ਪਹੁੰਚੀ ਹੈ ਜੀ ਇੱਥੇ। ਹਾਂਜੀ, ਉਹ ਇੱਕ ਸਾਡੇ ਪਿੰਡ ਦਾ ਨੌਜਵਾਨ ਜੀ ਜਿਹੜਾ ਪਵਨ ਕੁਮਾਰ ਹੈ ਜੀ, ਉਹ ਐਕਸੀਡੈਂਟ 'ਚ ਮਾਰਿਆ ਗਿਆ ਜੀ। ਹਾਂਜੀ, ਦੇਖੋ ਜੀ ਲੱਗੇ ਹੋਏ ਆ, ਅਜੇ ਅਜੇ ਟਾਈਮ ਲੱਗੂਗਾ। ਟਰੈਕਟਰ ਚਾਲਕ ਸੀਗਾ ਅਤੇ ਟਰੈਕਟਰ ਉਹ ਮੌਕੇ ਦੇ ਇੱਥੇ ਹੀ ਹੈ ਜੀ। ਹਾਂਜੀ, ਇਹ ਸਰ ਓਵਰਲੋਡ ਦੇ ਕਾਰਨ ਹੋਇਆ, ਟਰਾਲੀ ਓਵਰਲੋਡ ਸੀ ਅਤੇ ਇਹ ਆਪਣੇ ਨਾਲ ਪਿੰਡ ਦਾ ਜੋ ਮੇਨ ਟਰਾਂਸਫਾਰਮਰ ਹੈ ਰੋਡ ਦੇ ਕੰਢੇ, ਉਹਦੇ ਨਾਲ ਜਿਹੜਾ ਟੱਚ ਹੋਇਆ, ਟੱਚ ਆਉਣ ਦੇ ਨਾਲ ਹੀ ਇਹ 'ਚ ਸ਼ੋਰਟ ਸਰਕਿਟ ਹੋ ਗਿਆ ਅਤੇ ਨਾਲ ਹੀ ਇਹਨੂੰ ਅੱਗ ਪੈ ਗਈ। ਫਾਇਰ ਬ੍ਰਿਗੇਡ ਨੂੰ ਸਾਡੇ ਮੈਂ ਕਿ ਵੱਡੇ ਵੀਰ ਜੀ ਹੁਣਾਂ ਉਹਨਾਂ ਫੋਨ ਕੀਤਾ, ਓਵਰਲੋਡ ਦੇ ਕਾਰਨ ਸਾਈਡ ਨੂੰ ਸੀ ਹੈ ਜੋ ਟਰਾਂਸਫਾਰਮਰ ਨਾਲ ਟੱਚ ਹੋ ਗਈ। ਸਾਨੂੰ ਤਾਂ ਇਹੀ ਮੰਗ ਹੈ ਕਿ ਇਹਦੀ ਓਵਰਲੋਡਿੰਗ ਨੂੰ ਘਟਾਇਆ ਜਾਵੇ ਔਰ ਇਹਦਾ ਆਪਣੇ ਰੋਡ ਨੂੰ ਅਗਰ ਲੈ ਕੇ ਜਾਣਾ ਤਾਂ ਰਾਤ ਨੂੰ ਇਹ ਕੰਮ ਕੀਤਾ ਜਾਵੇ। ਮੇਰਾ ਨਾਮ ਹਰਜਿੰਦਰ ਸਿੰਘ ਜੀ। ਇਹ ਅੱਜ ਸਵੇਰੇ 11 ਕੁ ਵਜੇ ਉਹ ਟਰਾਂਸਫਾਰਮ ਦੇ ਨਾਲ ਹੀ ਓਵਰਟੇਕ ਕਰਦਿਆਂ ਗੱਡੀਆਂ ਨੂੰ ਨਾ, ਇਹ ਗੱਡੀ ਇੱਧਰ ਹੋਈ ਅਤੇ ਟਿੱਪਰਾਂ ਨੂੰ ਪਾਸ ਕਰਦਿਆਂ ਇਹ ਟਰਾਂਸਫਾਰਮ ਦੇ ਨਾਲ ਟੱਚ ਹੋ ਗਿਆ। ਟਰਾਂਸਫਾਰਮ ਦੇ ਟੱਚ ਨਾਲ ਹੋਣ ਨਾਲ ਹੀ ਉੱਪਰ ਅੱਗ ਲੱਗ ਗਈ। ਅਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਵੀ ਇਹ ਜਿੰਨੇ ਕਮ ਸੇ ਕਮ 100-200 ਟਿੱਪਰ ਅਤੇ 100-200 ਇਹ ਟਰੈਲੇ ਜਿਹੜੇ ਆ ਲੱਦ ਕੇ ਜਾਂਦੇ, ਓਵਰਟੇਕ ਕਰਦੇ ਆ ਇੱਕ ਦੂਜੇ ਨੂੰ, ਅਤੇ ਇੱਥੇ ਬਹੁਤ ਨੁਕਸਾਨ ਹੋਇਆ। ਸਵੇਰੇ ਇੱਥੇ ਬੱਚੇ ਦਾ ਐਕਸੀਡੈਂਟ ਹੋ ਗਿਆ, ਉਹਦੀ ਡੈਥ ਹੋ ਗਈ ਮੌਕੇ ਦੀ। ਅਤੇ ਪ੍ਰਸ਼ਾਸਨ ਮੰਗ ਕਰਦੇ ਆ ਜਾਂ ਤਾਂ ਇਹ ਰਾਤ ਨੂੰ ਟਪਾਉਣ ਜਾਂ ਤਾਂ ਫਿਰ ਸਿਸਟਮ ਨਾਲ ਟਪਾਉਣ ਵੀ, ਜਾਂ ਟਿੱਪਰ ਟੱਪਣ ਜਾਂ ਇਹ ਗੱਡੀਆਂ ਟੱਪਣ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.